एक दूजे की मिसाल दे रहे हैं, मेहनत कर रहे हैं दोवें जी, जिहड़े कि एक वीर का हाथ जिहड़ा कट्टा गया कि हादसे करके, पर फिर भी हिम्मत नहीं हारी, मेहनत कर रहे हैं दोवें जी, भैन नूं जिहड़ा कि पोलियो आ। ਸਾਨੂੰ ਬਹੁਤ ਮੁਸ਼ਕਲ ਆ, ਇੱਕੋ ਸਾਡਾ ਕਮਰਾ ਹੈ, ਉਹਦੀ ਵੀ ਛੱਤ ਚੌਂਦੀ ਹੈ, ਅਤੇ ਜਦੋਂ ਮੈਂ ਸੌਦਾ ਤੋਲਣਾ ਹੁੰਦਾ ਫਿਰ ਇੱਕ ਹੱਥ ਦੇ ਨਾਲ ਕਿਸੇ ਵੇਲੇ ਮੈਨੂੰ ਪਾ ਕੇ ਅਤੇ ਜਾਂ ਇੱਦਾਂ ਲਿਫਾਫੇ ਪਾਉਣਾ ਪੈਂਦਾ, ਮੁਸ਼ਕਲ ਆਉਂਦੀ ਹੈ ਜੀ। ਇਹ ਭਾਅ ਜੀ ਇਹ ਹਾਦਸਾ ਹੋ ਗਿਆ ਸੀ, ਇਹ ਨਾ ਬਈ ਮੈਂ ਕਿਸੇ ਦੇ ਘਰੇ ਕੰਮ ਕਰਦਾ ਹੁੰਦਾ ਸੀ, ਉਹਨਾਂ ਦੇ ਘਰ ਟੋਕੇ ਜਾ ਗਈ ਸੀ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਅੱਜ ਅਸੀਂ ਤਰਨ ਤਾਰਨ ਸਾਹਿਬ ਵਿੱਚ ਇੱਕ ਖਬਰ 'ਤੇ ਆਏ ਸੀ ਅਤੇ ਰਸਤੇ ਵਿੱਚ ਜਦੋਂ ਇੱਥੋਂ ਲੰਘ ਰਹੇ ਸੀ ਅਤੇ ਇੱਕ ਅਸੀਂ ਮੀਆਂ ਬੀਬੀ ਵੇਖੇ ਜਿਹੜੇ ਕਿ ਸਬਜ਼ੀ ਵੇਚ ਰਹੇ ਸੀ। ਅਸੀਂ ਅਕਸਰ ਦੇਖਦੇ ਵੀ ਜ਼ਿਆਦਾਤਰ ਹਮੇਸ਼ਾ ਹੀ ਆਦਮੀ ਸਬਜ਼ੀ ਵੇਚਦੇ ਨੇ ਅਤੇ ਜਿਹੜੀਆਂ ਔਰਤਾਂ ਨੇ ਬਹੁਤ ਘੱਟ ਜਿਹੜੀਆਂ ਨਾਲ ਹੁੰਦੀਆਂ ਨੇ, ਪਰ ਅਸੀਂ ਦੇਖਿਆ ਵੀ ਅੱਜ ਦੋਵੇਂ ਜੀ ਜਿਹੜੇ ਕਿ ਸਬਜ਼ੀ ਵੇਚ ਰਹੇ ਸੀ ਅਤੇ ਵੀਰ ਜਿਹੜਾ ਸੀ ਉਹ ਹੈਂਡੀਕੈਪ ਆ, ਤੁਸੀਂ ਦੇਖ ਰਹੇ ਹੋ ਵੀਰ ਦੀ ਇੱਕ ਬਾਂਹ ਵੀ ਰਹਿਣੀ ਆ, ਅਤੇ ਇਸ ਕਰਕੇ ਖਲੋ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਵੀਰ ਦੀ ਮਜਬੂਰੀ ਕੀ ਆ, ਕੀ ਕਿਉਂਕਿ ਦੋਵੇਂ ਜੀ ਜਿਹੜੇ ਨੇ ਕਿਸ ਕਾਰਨ ਜਿਹੜੇ ਕਿ ਉਹ ਸਬਜ਼ੀ ਵੇਚ ਰਹੇ ਨੇ, ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਜੀ? ਸਰਬਜੀਤ ਸਿੰਘ ਭਾਅ ਜੀ। ਸਰਬਜੀਤ ਸਿੰਘ ਜੀ, ਜਿਵੇਂ ਮੈਂ ਗੱਲ ਕੀਤੀ ਵੀ ਅਸੀਂ ਅਕਸਰ ਦੇਖਦੇ ਵੀ ਜ਼ਿਆਦਾਤਰ ਆਦਮੀ ਹੀ ਜ਼ਿਆਦਾਤਰ ਸਬਜ਼ੀ ਵੇਚਦੇ ਨੇ, ਪਰ ਅਸੀਂ ਦੇਖਿਆ ਵੀ ਤੁਸੀਂ ਦੋਵੇਂ ਜੀ ਸਬਜ਼ੀ ਵੇਚ ਰਹੇ ਹੋ, ਕੀ ਕਾਰਨ ਕੀ ਆ, ਮਜਬੂਰੀ ਕੀ ਆ? ਭਾਅ ਜੀ ਵੇਖੋ, ਮਜਬੂਰੀਆਂ ਤਾਂ ਸਾਡੀ ਮਜਬੂਰੀ ਆ ਵੀ ਮੈਂ ਬਾਂਹ ਤੋਂ ਅੰਗਹੀਣ ਹਾਂ ਅਤੇ ਦਿਹਾੜੀ ਕੋਈ ਉਹ ਨਹੀਂ ਖੜਦਾ ਮੈਨੂੰ, ਅਤੇ ਇਹ ਵਿਚਾਰੇ ਉੱਦਾਂ ਨੇ ਵੀ ਨਹੀਂ ਤੁਰਨ ਫਿਰਨ ਜੋਗੇ, ਇੰਨਾ ਕੰਮ 'ਤੇ ਕੋਈ ਨਹੀਂ ਲਾਉਂਦਾ ਸਾਨੂੰ, ਅਤੇ ਆਪਣਾ ਵੀ ਗਰੀਬ ਬਹੁਤ ਜ਼ਿਆਦਾ ਮੰਦੇ ਹਾਲ ਘਰ ਦੇ, ਅਤੇ ਰੋਟੀ ਪਾਣੀ ਦਾ ਮੁਸ਼ਕਲ ਆ, ਗੁਜ਼ਾਰਾ ਨਹੀਂ ਹੁੰਦਾ, ਅਤੇ ਤੁਹਾਨੂੰ ਪਤਾ ਮਾਮੂਲੀ ਵੀ ਘਰ ਵਿੱਚ ਖਰਚਾ ਕਰੀਏ ਤਾਂ 200-300 ਦਾ ਰੋਜ਼ ਦਾ ਹੋ ਜਾਂਦਾ, ਪਰ ਸਾਡੇ ਕੋਲ ਇੰਨੇ ਨਹੀਂ ਹੁੰਦੇ, ਅਤੇ ਥੋੜ੍ਹੀ ਥੋੜ੍ਹੀ ਇੱਦਾਂ ਸਬਜ਼ੀ ਪਾ ਕੇ ਵੇਚੀ ਦੇ ਅਤੇ ਚਲੋ ਆਪਣੇ ਅਸੀਂ ਬੱਚੇ ਪਾਲਦੇ ਹਾਂ, ਇਸ ਕਰਕੇ ਵੀ ਚਲੋ ਸਾਡਾ ਟਾਈਮ ਪਾਸ ਹੁੰਦਾ ਜਾਵੇ ਵਧੀਆ। ਸੋ ਵੀਰ ਜੀ, ਸ਼ੁਰੂ ਤੋਂ ਇਸ ਹੈਂਡੀਕੈਪ ਜਿਹੜੇ ਜਿਵੇਂ ਤੁਹਾਡੀ ਬਾਂਹ ਜਿਹੜੀ ਕੱਟੀ ਆਈ ਕਿ ਜਾਂ ਕੋਈ ਹਾਦਸਾ ਹੋ ਗਿਆ ਸੀ ਜਿਸ ਕਾਰਨ ਤੁਹਾਡੀ ਜਿਹੜੀ ਬਾਂਹ ਕੱਟੀ ਗਈ? ਇਹ ਭਾਅ ਜੀ ਇਹ ਹਾਦਸਾ ਹੋ ਗਿਆ ਸੀ, ਇਹ ਨਾ ਬਈ ਮੈਂ ਕਿਸੇ ਦੇ ਘਰੇ ਕੰਮ ਕਰਦਾ ਹੁੰਦਾ ਸੀ, ਉਹਨਾਂ ਦੇ ਘਰ ਟੋਕੇ ਜਾ ਗਈ ਸੀ ਜੀ, ਅਤੇ ਉਦੋਂ ਤੋਂ ਬਾਅਦ ਫਿਰ ਕਿ ਨਾ ਕੋਈ ਕੰਮ ਚੱਲਿਆ ਨਾ ਕੋਈ, ਮਜਬੂਰੀਆਂ ਤੁਹਾਨੂੰ ਪਤਾ ਹੀ ਆ, ਤੁਸੀਂ ਸਾਹਮਣੇ ਵੇਖ ਹੀ ਰਹੇ ਜੇ, ਅਤੇ ਨਹੀਂ ਸਾਡਾ ਸੂਤਰਾਂ ਦਾ ਪਿਓ, ਇਸ ਕਰਕੇ ਮੁੜ ਕੇ ਸ਼ਾਦੀ ਕਰ ਲਈ, ਸ਼ਾਦੀ ਤੋਂ ਬਾਅਦ ਤੁਹਾਨੂੰ ਪਤਾ ਕੰਮ ਮਜਬੂਰੀਆਂ ਹੋਰ ਵੱਧ ਜਾਂਦੀਆਂ ਬੰਦੇ ਦੀਆਂ ਜ਼ਿੰਮੇਵਾਰੀਆਂ, ਅਤੇ ਪਰ ਸਾਡਾ ਸਰਕਲ ਨਹੀਂ ਘਰਦਾ ਚੱਲਿਆ, ਇਸ ਕਰਕੇ ਅਸੀਂ ਥੋੜ੍ਹੀ ਥੋੜ੍ਹੀ ਸਬਜ਼ੀ ਪਾ ਕੇ ਆਪਣਾ ਗੁਜ਼ਾਰਾ ਕਰਨ ਡੇ ਵੇਚ ਕੇ, ਅਤੇ ਦੋਵੇਂ ਜੀ ਇੱਦਾਂ ਕਦੇ ਜੋ ਕਿਸੇ ਵੇਲੇ ਜਦੋਂ ਇਹ ਠੀਕ ਨਹੀਂ ਹੁੰਦੇ ਫਿਰ ਇਹਨਾਂ ਨੂੰ ਕਿਸੇ ਵੇਲੇ ਘਰੇ ਵੀ ਰਹਿਣਾ ਪੈਂਦਾ, ਘਰ ਦਾ ਕੰਮ ਵੀ ਕਰਨਾ ਪੈਂਦਾ ਹੈ, ਅਤੇ ਇੱਦਾਂ ਫਿਰ ਮੈਂ ਜਾ ਕੇ ਤੇ ਅਸੀਂ ਗਲੀ ਗਲੀ ਵਿੱਚ ਸਬਜ਼ੀ ਵੇਚਣੀ ਪੈਂਦੀ ਸਾਨੂੰ। ਅਤੇ ਮੈਨੂੰ ਦੱਸੋ ਵੀਰ ਜੀ, ਇਕੱਲੇ ਜਦੋਂ ਤੁਸੀਂ ਸਬਜ਼ੀ ਵੇਚਣ ਵਾਸਤੇ ਜਾਂਦੇ ਹੋ, ਜਿਸੀਂ ਦੇਖਿਆ ਵੀ ਇਹ ਜਿਹੜੀ ਰੇਹੜੀ ਧੱਕਦੇ ਹੋ, ਕਿੰਨੀ ਕੁ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਵਾ, ਜਾਂ ਸਬਜ਼ੀ ਤੋਲਣ ਲੱਗਿਆ ਜਾਂ ਪੈਸੇ ਜਾਂ ਲਿਫਾਫੇ 'ਚ ਪਾਉਣ ਲੱਗਿਆ, ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਆਉਂਦਾ, ਕਿਉਂਕਿ ਇੱਕ ਬਾਅਦ ਦੇ ਨਾਲ ਨਹੀਂ ਕੀਤਾ ਜਾਂਦਾ, ਕਿੰਨੀ ਕੁ ਮੁਸ਼ਕਲ ਆਉਂਦੀ ਹੈ? ਮੁਸ਼ਕਲ ਤਾਂ ਭਾਅ ਜੀ ਵਾਧੀ ਆਉਂਦੀ ਹੈ, ਵਾਧੂ ਆਉਂਦੀ ਆ, ਆਪੇ ਕੀ ਕਰੀ ਹੁਣ, ਥੋੜ੍ਹਾ ਪਤਾ ਫਿਰ ਤੈਨੂੰ ਵੀ ਤੋਲਣਾ ਵੀ ਕਿਸੇ ਵੇਲੇ ਖਿੱਚਣਾ ਵੀ, ਬਾਂਹ ਦੋ ਹੱਥ ਹੋਣ 'ਤੇ ਬੰਦਾ ਰੇਹੜੀ ਉੱਚੇ ਨੀਵੇਂ ਥਾਂ ਤੋਂ ਸੌਖੀ ਖਿੱਚ ਲੈਂਦਾ, ਅਤੇ ਹੁਣ ਇੱਕ ਹੱਥ ਦੇ ਨਾਲ ਪੂਰਾ ਜ਼ੋਰ ਲਾ ਕੇ ਖਿੱਚਣੀ ਪੈਂਦੀ, ਕਿਸੇ ਵੇਲੇ ਵੀ ਬਾਂਹ ਦਰਦ ਵੀ ਕਰਨ ਡਹਿ ਪੈਂਦੀ ਆ, ਅਤੇ ਇਸ ਕਰਕੇ ਵੀ ਸਰੀਰ ਕਿਸੇ ਵੇਲੇ ਜ਼ਿਆਦਾ ਪੀੜ ਕਰਦਾ, ਮੁੜ ਕੇ ਅਗਲੇ ਦਿਨ ਨਹੀਂ ਵੀ ਜਾਇਆ ਜਾਂਦਾ ਮੇਰੇ ਕੋਲੋਂ, ਵੀ ਸਰੀਰ ਥੱਕ ਜਾਂਦਾ, ਬਾਂਹ ਪੀੜ ਕਰਨ ਡਹਿ ਪੈਂਦੀ ਜ਼ੋਰ ਲਾ ਲਾ ਕੇ, ਅਤੇ ਜਦੋਂ ਵੀ ਸੌਦਾ ਤੋਲਣਾ ਹੁੰਦਾ ਫਿਰ ਇੱਕ ਹੱਥ ਦੇ ਨਾਲ ਕਿਸੇ ਵੇਲੇ ਮੈਨੂੰ ਪਾ ਕੇ ਅਤੇ ਜਾਂ ਇੱਦਾਂ ਲਿਫਾਫੇ ਪਾਉਣਾ ਪੈਂਦਾ, ਮੁਸ਼ਕਲ ਆਉਂਦੀ ਹੈ ਜੀ। ਅਤੇ ਮੈਨੂੰ ਦੱਸੋ ਵੀਰ ਜੀ, ਰੋਜ਼ ਦਾ ਕਿੰਨਾ ਕੁ ਕਿੰਨੇ ਕੁ ਪਿੰਡ ਫਿਰ ਲੈਂਦੇ ਹੋ, ਕਿੰਨੇ ਕੁ ਸੁਖਤੇ ਨਿਕਲਦੇ ਘਰੋਂ, ਕਿਉਂਕਿ ਸਬਜ਼ੀ ਮੰਡੀ ਲਿਆਉਣੀ ਹੁੰਦੀ ਆ, ਕਿੰਨੇ ਵਜੇ ਸਵੇਰ ਉੱਠਦੇ ਹੋ, ਸਾਰੇ ਕੰਮ ਕਰਨੇ ਕੀ ਹੁੰਦੇ ਆ, ਬੱਚੇ ਵੀ ਸਕੂਲ ਭੇਜਣੇ ਹੁੰਦੇ ਹੋ, ਕਿਸ ਤਰ੍ਹਾਂ ਸਾਰਾ ਕੰਮ ਕਰਾਉਂਦੇ ਹੋ? ਭਾਅ ਜੀ ਵੇਖੋ, ਪਿੰਡ ਉੱਠਦੇ ਤਾਂ ਅਸੀਂ ਤੜਕੇ ਅਸੀਂ 4 ਵਜੇ ਆ ਜੀ, 4 ਵਜੇ ਉੱਠ ਕੇ 4:30 ਚਾਹ ਚੂਹ ਪਾਣੀ ਪੀ ਕੇ ਆਪਣੇ ਵੀ ਮੈਂ ਮੰਡੀ ਅਸੀਂ ਚੱਲ ਜਾਈਦਾ ਵਾ, ਅਤੇ ਸਬਜ਼ੀ ਲੈ ਆਈ ਦੀ, ਪਹਿਲਾਂ ਮੈਂ ਜਾਂਦਾ ਮੰਡੀ ਉੱਦਾਂ, ਅਤੇ ਇਹਨਾਂ ਨੂੰ ਮੁੜ ਕੇ ਨਾਲ ਆਣ ਕੇ ਘਰੇ ਸਬਜ਼ੀ ਲਿਆ ਕੇ, ਫਿਰ ਇਹਨਾਂ ਨੂੰ ਨਾਲ ਲੈ ਕੇ, ਅਤੇ ਫਿਰ ਗਲੀ ਗਲੀ ਸਾਨੂੰ ਵੇਚਣੀ ਪੈਂਦੀ ਜਾ ਕੇ। ਅਤੇ ਰੋਜ਼ ਦੇ ਕਿੰਨੇ ਕੁ ਪਿੰਡ ਤੁਸੀਂ ਫੇਰ ਲੈਂਦੇ ਹੋ, ਅਤੇ ਮੈਨੂੰ ਦੱਸੋ ਵੀ ਦਿਹਾੜੀ ਬਣ ਜਾਂਦੀ ਹੈ ਜਿੰਨਾ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ? ਦਿਹਾੜੀ ਚਲੋ ਇੱਦਾਂ ਹੀ ਆ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮਹਿੰਗਾਈ ਕਿੰਨੀ ਆ, ਵੀ ਕਿਸੇ ਵੇਲੇ 200-300 ਕਿਸੇ ਵੇਲੇ ਇੰਨਾ ਕੁ ਬਣ ਜਾਂਦਾ, ਅਤੇ ਇੰਨਾ ਕੁ ਤੁਹਾਨੂੰ ਪਤਾ ਘਰ ਦਾ ਖਰਚਾ, ਬੱਚਿਆਂ ਦੇ ਕੱਪੜੇ, ਆਪਣੇ ਕੱਪੜੇ ਜਾਂ ਇਹਨਾਂ ਦੇ ਕੱਪੜੇ ਕੋਈ ਵੀ ਲਾ ਲਓ, ਵੀ ਮਹਿੰਗਾਈ ਆ, ਦੁੱਧ ਜੋ ਵੀ ਲਿਆਉਣਾ ਹੋਵੇ ਅਤੇ ਮੁਸ਼ਕਲ ਆ ਜਾਂਦੀ ਉਹਦੇ ਵਿੱਚ, ਖਰਚਾ ਇੰਨਾ ਕੀ ਵੱਜਦਾ, ਅਤੇ ਕੋਈ ਸਬਜ਼ੀ ਕਿਸੇ ਵੇਲੇ ਖਰਾਬ ਵੀ ਹੁੰਦੀ ਆ, ਕਿਸੇ ਵੇਲੇ ਪਈ ਵੀ ਰਹਿ ਜਾਂਦੀ, ਨਹੀਂ ਵੀ ਵਿਕਦੀ ਕਿਸੇ ਵੇਲੇ ਪੂਰੀ। ਬਿਲਕੁਲ ਜੀ, ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ, ਇਹ ਜਿਹੜਾ ਕਿ ਪਤੀ ਪਤਨੀ ਨੇ ਇੱਕ ਦੂਜੇ ਦੀ ਮਿਸਾਲ ਦੇ ਰਹੇ ਨੇ, ਮਿਹਨਤ ਕਰ ਰਹੇ ਨੇ ਦੋਵੇਂ ਜੀ, ਜਿਹੜੇ ਕਿ ਇੱਕ ਵੀਰ ਦਾ
हाथ जिहड़ा कट्टिया गया कि हादसे करके, पर फिर भी हिम्मत नहीं हारी, मेहनत कर रहे हैं दोवें जी, भैन भी जो कि पोलियो आ, फिर भी इस जीवन साथी ने जो कि उसकी मदद कर रही है, उसके नाल सब्जी वेचन बच्चे जो दसा जिमें वेख रहे हैं भी वीर सवेरे इस वक्त मंडी जाता वा, उस तो बाद आके पिंड पिंड जाके सब्जी वेचन का जोड़ा काम करता वा, तो एक दूजे का सहारा बने ने पति पत्नी। हमेशा कहा जाता भी जिहड़ा कि जीवन साथी आ एक दूजे का सहारा हुंदा वा, चाहे सुख में चाहे दुख में, पर यह जो दोवें जीवन साथी ने एक दूजे में सुख दुख में जो कि भाईवाल ने देखा भी वीर दे नाल मदद कर रहे हैं। तो मैंने इस भी जो पिंड पिंड जाते जो कभी कोई मुश्किल नहीं आती, जो कहते हैं भी यार तेरी घरवाली तू नाल ही फिरदा, इस तरह लोग गल्लां भी करते होंगे कई। चलो कहिंदे ते होणगे भाजी, हुण की करिए, लोगों को पता मजबूरी भी आ, कई कह भी देंदे आ भी तू कल्ला वेच लिया कर जनानी नूं भी नाल ना लिया कर इदां, तो फिर वो अगले नूं मजबूरी फिर अपनी दसनी पैंदी भी किहले भी तोल के छाबे च सब्जी पा के लिफाफे च नहीं पा के दित्ती जांदी, इस करके फिर इन्हां नूं किहले नाल रख लईदा। तो जदों कोई मलक ज़्यादा ज़्यादा होवे थोड़ी बहुत सब्जी उदों फिर मैं किहले कल्ला भी चले जाना, तो बाटा नाल रख लईदा, जे कोई लागे बन्ने वाला बाटे च पा के फड़ा दी तो घर आके अपना बाटा वेला। बिल्कुल जी, तुसीं देख रहे हो भी तस्वीरां तरन तारण के नेड़े पिंड ने जो कि मेहनत कश लोग ने, मेहनत कर रहे हैं, अपने परिवार का पेट पा रहे हैं। गलबात करांगे भैन दे नाल भी, भैन जी असीं देखिया भी दोवें जी मेहनत कर रहे हो, सब्जी बेच रहे हो, की कहना चाहोगे? सर मैं ये भी कहना चाहवागी कि चलो मुश्किल तो है, जो भी काम कर अपनी मेहनत कर रहे हैं, दोनों जने अपने बच्चे पाल लेंगे हैं, पर ये साडा गुजारा नहीं होंगे, बहुत मुश्किल आदियाँ वा किस वे, क्योंकि हम मैं घर का भी करना पैंता, इन्हों के नाल भी जाना पैंता, बच्चे भी स्कूल भेजने होंगे आ, किस वे मैं नहीं भी मैं ठीक नहीं रही फिर मैं घर छड जाते, इस करके बहुत औखा है कि चलो साडा इन्हें गुजारा तो नहीं होंगे, पर अं फिर भी हिम्मत नहीं हारते कि अपना बच्चे पाल लेंगे हाँ। अं वीर भरावान ने यही बेनती करा कि साड़ी ये वीडियो वेख के तो साड़ी वो मदद कर, कि सानू बहुत मुश्किल आ, एक साडा कमरा है वो भी छत चाहती है, तो सानू बहुत रात बराते जो मीह आ जाता बहुत तंगी आती है, गर्मियों के इन्नी मुश्किल हो जाती है कि मैं कोठे तो नहीं चढ़ सकती, एको साडा कमरा सानू अंदर ही गर्मी के ही पैना पैंदा, इन्नी मुश्किल आ। भैन जी असं देखिया भी जिमें भाई साहब की हथ बह कटी गई है, जो नहीं सी बह कटी गई उदो जो घर का जीवन से जो कि परिवार जो खुशहाल जिंदगी बतीत करते, असं देखिए भी हूँ तो भी हैंडीकैप हो गया ना, मुश्किल आ रही है हूँ काफ़ी, जिना कि भारा काम करने तो भी होर काम करने तो भी, तो हूँ कि मुश्किल आ रही है, पहला जीवन कि वधिया जी बतीत कर रहे थे। वेखो जी ये बह इन की कटी गई सी कुंवारे होंदे शादी तो पहला, तो जो मैं आई हाँ कि मेरे आने तो बाद रिक्शा चलाते एक हथ नाल ही, तो रिक्शे के भी 100-150 रुपया बनता सी उस समय 2009 च साड़ी शादी हुई, तो वो भी साडा नहीं ही गुजारा हुंदा, फिर बाद अं 2 साल हो गए सब्जी का काम चलाया, वह भी इदा भैन भरावान के थोड़े बहुते पैसे कोई 100-200 लैके कोई 1000-1500 की ही सब्जी पाई। मिनिस्टर भी जिम्मे सब्जी बेचने का काम कर रहे हो, दोवें जी तुम सवेर के गए शाम को घर आए हो, बच्चों का फिर कौन ध्यान रखता, बच्चों रोटी पानी उन्होंने देखभाल किस तरह होंगी फिर, क्योंकि बच्चों में हमेशा माँ बाप की दोवों की लड़ होती, खास करके माँ की बहुत लड़ होती है, जो तो बच्चे स्कूलों आते हैं हमेशा माँ को लभदे ने, फिर किस तरह दे दो जी? वेखो जी सू बच्चों से ज़्यादा साढ़े को नहीं ध्यान दिता जाता, क्योंकि अं रोटी कमा सकते हैं कि बच्चे फिर नहीं वेखे जाते साढ़े को, जिदा का हों काली काली उन्होंने चाह पानी दे के रोटी पानी दे के फिर दुद्धा जान की करीदी आ, क्योंकि शाम को फिर वापस आना हों के फिर रोटी पानी बना हों लीड़ा कपड़ा भी धोना हों, तो इस करके सानू साढ़े बच्चों की देखभाल वह जी नहीं होंगी, बच्चे बथेरा कह देंगे मम्मा तू घर रह पापा चले जाएंगे, पर आपां नूं अपनी मजबूरी का पता है इस करके आपां नूं नाल ही जाना पैंदा। जिवें तुसीं दोवें जी सब्जी बेच रहे हो, तुसीं भी ठीक नहीं, तुहानूं पोलियो होया वा, असीं देखिया भी तुसीं रेहड़ी नूं धक्का भी लगा के जा रहे हो, किन्नी क मुश्किलों का सामना करना पैंदा, ते किन्ने क रोज़ दे किलोमीटर सफ़र कर लैंदे हो, ते जे गल करिए किन्ने क पिंड दा जिहड़ा तुसीं हुण तक सफ़र रोज़ दा सब्जी बेचण दा काम कर आउंदे हो? हांजी बहुत मुश्किल आउंदी है, क्योंकि किस वेले मेरी लत इन्नी ज़्यादा थक जाती कि मैं डिग भी जाती, इस करके कई वे मेरे को नहीं नाल तुरना भी पवे तो नहीं तुरया जाता, कि फिर इन्होंने कहना पैंदा वा भी नाल मैनू बिठा लो, फिर औखा सौखा हो के इदा ही सानू टाइम कढ़ना पैंदा। अपनी मजबूरी का पता ठीक है ना, आप इस करके क्योंकि इन्हों तो भी हम सब्जी जी तोल देंदे आए लिफाफे नहीं पाई जाती, इस करके आपां नाल लिफाफे दे विच सब्जी पा के दई दी आ, नाल इहनां दे नाल चुक चुका के रखाई दी, क्योंकि नहीं कल्लियां को नहीं हुंदा वी, इस करके अहीं एक दूजे दा सहारा बणे आ।
ਤੇ ਆਪਣੇ ਬੱਚੇ ਪਾਲਣ ਦੇ। ਬਿਲਕੁਲ ਜੀ। ਤੇ ਮੈਨੂੰ SOP ਪੈਂਦੀ ਬੱਚਿਆਂ ਦੀਆਂ ਜ਼ਰੂਰਤਾਂ, ਜਿਵੇਂ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ, ਬੱਚਿਆਂ ਦੀਆਂ ਯੂਨੀਫਾਰਮ ਵਗੈਰਾ, ਬੱਚਿਆਂ ਦੇ ਪੜ੍ਹਾਈ ਦਾ ਖਰਚਾ ਜਿਹੜਾ ਕਿ ਤੁਹਾਡੀ ਸਬਜ਼ੀ ਵੇਚਣ ਦੇ ਨਾਲ ਪੂਰਾ ਹੋ ਜਾਂਦਾ ਵਾ, ਬੱਚਿਆਂ ਦੀਆਂ ਜਿਹੜੀ ਜ਼ਰੂਰਤਾਂ ਹੁੰਦੀਆਂ ਨੇ? ਨਹੀਂ ਜੀ, ਅਸੀਂ ਬੱਚਿਆਂ ਦੀ ਕੋਈ ਜ਼ਰੂਰਤ ਨਹੀਂ ਪੂਰੀ ਕਰ ਸਕਦੇ, ਅਸੀਂ ਉਹਨਾਂ ਕੀ ਕਰ ਸਕਦੇ ਹਾਂ ਜਿਹੜਾ ਉਹਨਾਂ ਨੂੰ ਕੋਈ ਜ਼ਿਆਦਾ ਹੀ ਆ। ਕਾਪੀ ਪੈਨਸਲ ਦਾ ਜਿਹੜਾ ਵੀ ਬਿਲਕੁਲ ਮੈਡਮ ਕਹਿ ਦਿੰਦੀਆਂ ਕਈ ਵੀ ਲਿਆ ਲੈ ਕੇ ਹੀ ਆਉਣਾ, ਅਤੇ ਫਿਰ ਸਾਨੂੰ ਮਜਬੂਰਨ ਉਹਨਾਂ ਦੀ ਥੋੜ੍ਹਾ ਬਹੁਤਾ ਕਡਰ ਕਰਨਾ ਪੈਂਦਾ ਹੈ, ਬਾਕੀ ਉਹਨਾਂ ਦੀ ਕਿਉਂਕਿ ਜ਼ਰੂਰਤ ਜਿਹੜੀ ਉਹ ਚਾਹੁੰਦੇ ਆ ਉਹ ਸਾਡੇ ਕੋਲ ਨਹੀਂ ਪੂਰੀ ਹੁੰਦੀ। ਹਾਂਜੀ, ਕਦੀ ਮਨ 'ਚ ਇਹ ਉਦਾਸੀ ਹੁੰਦੀ ਆ ਵੀ ਕਿਉਂਕਿ ਵੀਰ ਦੇ ਸਾਰੀ ਉਮਰ ਜ਼ਿੰਦਗੀ ਗਾੜੀ ਪਈ ਆ, ਵੀਰ ਦਾ ਇੱਕ ਬਾਜੂ ਜਿਵੇਂ ਨਹੀਂ ਹੈਗਾ ਜਿਵੇਂ, ਅਤੇ ਅਸੀਂ ਦੇਖਿਆ ਵੀ ਜਿੱਥੇ ਕਿਤੇ ਵੀਰ ਭਾਰਾ ਕੰਮ ਕਰਦਾ ਹੋਊਗਾ ਜਾਂ ਦਿਹਾੜੀ ਕਰਦਾ ਹੋਊਗਾ, ਅਤੇ ਇਸ ਕੰਮ ਨੂੰ ਤਾਂ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਸਬਜ਼ੀ ਵੇਚਣ 'ਤੇ ਤੁਸੀਂ ਦੱਸ ਰਹੇ ਹੋ ਵੀ ਕਈ ਦਿਹਾੜੀ ਬਣਦੀ, ਕਈ ਨਹੀਂ ਬਣਦੀ, ਕਈ ਵਾਰੀ ਖਾਲੀ ਵੀ ਵਾਪਸ ਆਉਣਾ ਪੈਂਦਾ ਵਾ, ਅਤੇ ਕਿੰਨੀ ਕੁ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੀ? ਬਹੁਤ ਮੁਸ਼ਕਲ ਆ, ਇਸ ਕਰਕੇ ਤਾਂ ਕਿਉਂਕਿ ਤੁਹਾਨੂੰ ਦੱਸਣ ਦੇ ਕਿ ਬਹੁਤ ਜ਼ਿਆਦਾ ਹੀ ਤੰਗੀ ਆ, ਇਸ ਕਰਕੇ ਆਪਾਂ ਇਹ ਕਦਮ ਚੁੱਕਿਆ ਕਿ ਅਸੀਂ ਵੀਡੀਓ ਬਣਾ ਕੇ ਪਾਈ ਆ ਕਿ ਸਾਡੀ ਵੀਰ ਭਰਾ ਜਿੰਨੇ ਵੀ NRI ਵੀਰ ਆ ਸਾਰੇ ਸਾਡੀ ਜਿੰਨੀ ਹੋ ਸਕੇ ਉਨੀ ਮਦਦ ਕਰੋ, ਕਿਉਂਕਿ ਸਾਨੂੰ ਜਗ੍ਹਾ ਵੱਲ ਵੀ ਬਹੁਤ ਜ਼ਿਆਦਾ ਤੰਗੀ ਆ, ਅਸੀਂ ਇੱਦਾਂ ਹੁਣ ਸਬਜ਼ੀ ਵੇਚ ਕੇ ਅਤੇ ਰੋਟੀ ਨਹੀਂ ਪੂਰੀ ਕਰ ਸਕਦਾ, ਅਤੇ ਅਸੀਂ ਜਗ੍ਹਾ ਕਿੱਥੋਂ ਲੈਵਾਂਗੇ, ਇਸ ਕਰਕੇ ਸਾਨੂੰ ਇਹੀ ਮਿਹਨਤ ਆ ਸਾਡੀ ਕਿ ਜਿੰਨਾ ਹੋਇਆ ਉਨਾ ਸਾਡੇ ਲਈ ਕਰੋ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੇ ਦੋਵੇਂ ਜੀ ਨੇ ਮਿਹਨਤ ਕਰਦੇ ਨੇ, ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਿਹੜੇ ਘਰ ਦੇ ਹਾਲਾਤ ਬੜੇ ਨਾਜ਼ੁਕ ਨੇ, ਘਰ 'ਚ ਗਰੀਬੀ ਬਹੁਤ ਆ, ਅਤੇ ਭੈਣ ਦਾ ਕਹਿੰਦਾ ਵੀ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਹੁੰਦਾ ਵਾ, ਉਹਨੇ ਕਿਹਾ ਵੀ ਸਬਜ਼ੀ ਵੇਚਣ ਦੇ ਨਾਲ ਮਹਾਂ ਰੋਜ਼ੀ ਰੋਟੀ ਚੱਲਦੀ ਆ, ਬੱਚਿਆਂ ਦੀਆਂ ਲੋੜਾਂ, ਬੱਚਿਆਂ ਦੀਆਂ ਜ਼ਰੂਰਤਾਂ ਜਿਹੜੀਆਂ ਨਹੀਂ ਪੂਰੀਆਂ ਹੁੰਦੀਆਂ, ਬੜੀ ਮੁਸ਼ਕਲ ਆਉਂਦੀ ਆ, ਇਸ ਕਰਕੇ ਉਹਨਾਂ ਕਿਹਾ ਵੀ ਸਾਡੀ ਜਿਹੜੀ ਮਦਦ ਕੀਤੀ ਜਾਵੇ, NRI ਵੀਰ ਨੇ, ਸਮਾਜ ਸੇਵੀ ਸੰਸਥਾ ਨੇ ਅੱਗੇ ਆਉਣ, ਤਾਂ ਜੋ ਕਿ ਇਹਨਾਂ ਦੇ ਜਿਹੜੇ ਬੱਚੇ ਨੇ ਜਿਹੜੇ ਭਵਿੱਖ ਵਿੱਚ ਚੰਗੀ ਪੜ੍ਹਾਈ ਹੋ ਸਕੇ, ਚੰਗੀ ਜਿਹੜੇ ਬੱਚਿਆਂ ਨੂੰ ਕਿਤਾਬਾਂ ਪੈਨਸਲਾਂ ਅਤੇ ਜਾਂ ਹੋਰ ਯੂਨੀਫਾਰਮ ਵਗੈਰਾ ਨਹੀਂ ਮਿਲ ਸਕੇ। ਵੀਰ ਜੀ, ਬੱਚੇ ਫਿਰ ਕਿੰਨੀਆਂ ਕੁ ਜਿੱਦਾਂ ਕਰਦੇ ਨੇ? ਅਸੀਂ ਦੇਖਿਆ ਬੱਚੇ ਹਮੇਸ਼ਾ ਚੀਜ਼ਾਂ ਮੰਗਦੇ ਨੇ, ਪੈਸੇ ਕਿੰਨੇ ਕੁ ਮੰਗ ਕਰਦੇ ਨੇ ਚੀਜ਼ ਨੂੰ? ਬੱਚੇ ਤਾਂ ਵੇਖੋ ਜੀ ਜਿੱਦਾਂ ਕਰਦੇ ਆ ਭਾਅ ਜੀ, ਤੁਹਾਨੂੰ ਸਾਰਾ ਪਤਾ ਏ, ਅਤੇ ਫਿਰ ਹੁਣ ਮਜਬੂਰੀ ਨਾਲ ਉਹਨਾਂ ਨੂੰ ਥੋੜ੍ਹਾ ਬਹੁਤਾ ਝਿੜਕਣਾ ਵੀ ਕਿਸੇ ਵੇਲੇ ਪੈਂਦਾ, ਜਦੋਂ ਕਿਸੇ ਵੇਲੇ ਕੋਈ ਪੈਸਾ ਨਹੀਂ ਹੁੰਦਾ ਅਤੇ ਸਕੂਲ ਜਾਣ ਵਰਗੇ ਵੀ ਕਿਸੇ ਵੇਲੇ 10-5 ਮੰਗਦੇ ਨੇ, ਅਤੇ ਪਰ ਕਿਸੇ ਵੇਲੇ ਨਹੀਂ ਹੁੰਦਾ, ਕਿਸੇ ਵੇਲੇ ਜਦੋਂ ਹੁੰਦੇ ਉਦੋਂ ਦੇ ਵੀ ਦੇਈਦੇ ਆ, ਅਤੇ ਕਾਪੀ ਪੈਨਸ਼ਨਾਂ ਵਾਸਤੇ ਵੀ ਕਿਸੇ ਵੇਲੇ ਜਿੱਦਾਂ ਮਤਲਬ ਕਿ ਇੱਦਾਂ ਤੁਹਾਡੇ ਵੀਰ ਭਰਾ ਕਿਸੇ ਨਾ ਹੋਣ 'ਤੇ ਫੜ ਲਈਦੇ 10-5, ਅਤੇ ਉਹਨਾਂ ਨੂੰ ਲੈ ਕੇ ਦੇ ਦੇਈਦੀਆਂ ਜੀ। ਹਾਂਜੀ ਜੀ, ਆਪਣਾ ਤੁਸੀਂ ਮੋਬਾਈਲ ਨੰਬਰ ਐਡਰੈਸ ਜ਼ਰੂਰ ਦੱਸ ਦਿਓ, ਖਾਸ ਕਰਕੇ ਸਾਡੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ, ਜੇਕਰ ਤੁਹਾਡੀ ਕਿਸੇ ਮਦਦ ਕਰਨੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। ਨੰਬਰ ਆਪਣਾ 99147-14-98 ਹੈ ਜੀ, 99147-14-98। ਬਹੁਤ ਬਹੁਤ ਧੰਨਵਾਦ ਜੀ। ਇਸੀ ਗੱਲਬਾਤ ਕੀਤੀ ਹੈ ਜਿਹੜੇ ਕਿ ਮੀਰ ਨੇ, ਜਿਹੜੀ ਭੈਣ ਨੇ, ਮਿਹਨਤਕਸ਼ ਲੋਕ ਨੇ, ਪਰ ਮਿਹਨਤ ਕਰਨ ਦੇ ਨਾਲ ਨਾਲ ਹਜੇ ਵੀ ਜਿਹੜੀਆਂ ਬੜੀਆਂ ਜ਼ਰੂਰਤਾਂ ਨੇ ਘਰ ਦੀਆਂ, ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ, ਇਸ ਕਰਕੇ ਦਰਸ਼ਕਾਂ ਗਾੜੀ ਜਿਹੜੇ ਕਿ ਸਾਡੇ ਸਮਾਜ ਸੇਵੀ ਵੀਰ ਨੇ, NRI ਸਮਾਜ ਲੋਕ ਨੇ, ਉਹਨਾਂ ਗਾੜੀ ਅਪੀਲ ਕਰ ਰਹੇ ਨੇ, ਬੇਨਤੀ ਕਰ ਰਹੇ ਨੇ ਵੀ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ, ਕਿਉਂਕਿ ਭੈਣ ਨੂੰ ਪੋਲੀਓ ਆ ਅਤੇ ਇਸ ਵੀਰ ਦੀ ਜਿਹੜੀ ਬਾਂਹ ਕੱਟੀ ਹੋਈ ਆ, ਅਤੇ ਆਪਣੇ ਦੋਵੇਂ ਬੱਚਿਆਂ ਵਾਸਤੇ ਜਿਹੜੇ ਕਿ ਮਿਹਨਤ ਕਰ ਰਹੇ ਨੇ, ਅਤੇ ਭੈਣ ਦਾ ਕਹਿਣਾ ਵੀ ਇੱਕ ਕਮਰਾ ਵਾ ਉਹ ਵੀ ਕਮਰਾ ਜਿਹੜਾ ਚਾਹੁੰਦਾ ਵਾ, ਬੜੀ ਮੰਦਹਾਲੀ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਨੇ, ਅਤੇ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ, ਕਿਉਂਕਿ ਬੱਚਿਆਂ ਦੀਆਂ ਜ਼ਰੂਰਤਾਂ ਬਹੁਤ ਨੇ ਅਤੇ ਬੱਚਿਆਂ ਦੀਆਂ ਲੋੜਾਂ ਜਿਹੜੀਆਂ ਨਹੀਂ ਪੂਰੀਆਂ ਹੋ ਰਹੀਆਂ, ਇਸ ਕਰਕੇ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਜਾਏ ਬੰਦਿਆਂ ਦੀ, ਮਿਹਨਤਕਸ਼ ਲੋਕਾਂ ਦੀ, ਤਾਂ ਜੋ ਕਿ ਇਹਨਾਂ ਦੀ ਮਦਦ ਹੋ ਸਕੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।